ਉਨ੍ਹਾਂ ਦੇ ਵਿੱਚ ਕਿਤੇ ਰਿਜ਼ਰਵੇਸ਼ਨ ਹੈ ਤਾਂ ਉਹ ਕਹਿੰਦੇ ਜੀ ਨਹੀਂ ਮੈਂ ਕਿਹਾ ਵੀ ਆਪਾਂ ਕਰ ਸਕਦੇ ਆ ਉਹ ਕਹਿੰਦੇ ਬਿਲਕੁਲ ਸਰਕਾਰੀ ਫੈਸਲਾ ਕਰ ਸਕਦੀ ਹੈ ਤੇ ਐਸਸੀਪੀ ਚਾਰੇ ਦੇ ਵਕੀਲਾਂ ਨੂੰ ਅਸੀਂ ਲਾਅ ਅਫਸਰ ਦੇ ਤੌਰ ਤੇ ਰੱਖ ਸਕਦੇ ਆ ਤਾਂ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਦੇ ਰਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਲਾਅ ਅਫਸਰ ਦੀਆਂ ਪੋਸਟਾਂ ਨੇ ਜਿੰਨੀਆਂ ਉਹਨਾਂ ਤੋਂ ਬਿਨਾ 58 ਪੋਸਟਾਂ ਹੋਰ ਜਿਹੜੀਆਂ ਕ੍ਰੀਏਟ ਕੀਤੀਆਂ ਜਾਣਗੀਆਂ ਲਾਅ ਅਫਸਰਾਂ ਦੀਆਂ ਜਿਹੜੀਆਂ ਐਸ்சி ਭਾਈਚਾਰੇ ਲਈ ਰਿਜ਼ਰਵ ਹੋਣਗੀਆਂ ਅੱਜ ਅਖਬਾਰਾਂ ਦੇ ਵਿੱਚ ਉਹਦੀ ਐਡਵਰਟਾਈਜ਼ਮੈਂਟ ਆ ਚੁੱਕੀ ਹੈ ਪ੍ਰੋਸੈਸ ਉਹਦਾ ਸ਼ੁਰੂ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਵੀ ਪ੍ਰੋਟੋਕਾਲ ਹੈ ਉਹਨੂੰ ਫਾਲੋ ਕਰਕੇ ਇਹ ਪੋਸਟਾਂ ਭਰ ਦਿੱਤੀਆਂ ਜਾਣਗੀਆਂ। ਔਰ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਕਿਸੇ ਵੀ ਸੰਸਥਾ ਦੇ ਵਿੱਚ ਕਿਸੇ ਵੀ ਪੈਨਲ ਦੇ ਵਿੱਚ ਵਕੀਲਾਂ ਵਾਸਤੇ ਇਹ ਸਹੂਲਤ ਨਹੀਂ ਹੈਗੀ। ਪੰਜਾਬ ਪਹਿਲੀ ਸਟੇਟ ਹੈ ਜਿਹੜੀ ਐਸਸੀ ਭਾਈਚਾਰੇ ਲਈ ਇਹ ਸਹੂਲਤ ਜਿਹੜੀ ਹੈ ਲਾਗੂ ਕਰਨ ਲੱਗੀ ਹੈ। ਅਸੀਂ ਚਾਹੁੰਦੇ ਹਾਂ ਕਿ ਆਮ ਦਬੇ ਕੁਚਲੇ ਲੋਕ ਜਿਹੜੇ ਨੇ ਉਹ ਅੱਗੇ ਆਉਣ ਪੜ੍ਹਾਈ ਚ ਅੱਗੇ ਆਉਣ ਖੇਡਾਂ ਚ ਅੱਗੇ ਆਉਣ ਜਿਹੜੇ ਫੀਲਡ ਦੇ ਵਿੱਚ ਵੀ ਉਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਿਸੇ ਪਾਸਿਓਂ ਕੋਈ ਇਰਾਦੇ ਵਿੱਚ ਉਹਨਾਂ ਦੇ ਰੋੜਾ ਨਾ ਹੋਵੇ ਸੋ ਕਾਨੂੰਨੀ ਅੜਚਣਾਂ ਜਿਹੜੀਆਂ ਨੇ ਉਹਨਾਂ ਸਾਰੀਆਂ ਨੂੰ ਦੂਰ ਕਰਕੇ ਮਾਹਰਾਂ ਨਾਲ ਸਲਾਹ ਕਰਕੇ ਅੱਜ ਮੈਂ ਐਲਾਨ ਕਰਨ ਲੱਗਿਆ ਕਿ ਪੰਜਾਬ ਦੇ ਵਿੱਚ ਏਜੀ ਆਫਿਸ ਦੇ ਵਿੱਚ ਜਿੰਨੇ ਵੀ ਲਾਅ ਆਫਸਰ ਨੇ ਪਹਿਲਾਂ ਜਿੰਨੀਆਂ ਪੋਸਟਾਂ ਸੀ ਉਨ੍ਹਾਂ ਤੋਂ ਬਿਨਾ 58 ਵਾਧੂ ਪੋਸਟਾਂ ਜਿਹੜੀਆਂ ਨੇ ਉਹ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਜੋ ਕਿ ਐਸਸੀ ਭਾਈਚਾਰੇ ਲਈ ਰਿਜ਼ਰਵ ਹੋਣਗੀਆਂ ਇਹ ਮੇਰਾ ਫਰਜ਼ ਵੀ ਹੈ ਔਰ ਅਸੀਂ ਇਹ ਵਾਦੇ ਵੀ ਕੀਤੇ ਹੋਏ ਨੇ ਲੋਕਾਂ ਨਾਲ ਉਹ ਵਾਦੇ ਨਿਭਾਵਾਂਗੇ ਬਹੁਤ-ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਐਬੀਪੀ ਸੰਜਾ ਜੋਸ਼ ਜਜ਼ਬਾ ਜਨੂਨ